ਤਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਜੀ ਡਾਕਟਰ ਇਫਤਖਾਰ ਚੌਧਰੀ ਜੀ ਦਾ, ਜਿਹੜੇ ਲੰਮੇ ਸਮੇਂ ਤੋਂ ਸਾਡੇ ਸਟੂਡੀਓ ਦੇ ਵਿੱਚ ਆ ਕੇ ਸਾਨੂੰ ਸਾਡੇ ਸਵਾਲ ਵੀ ਸੁਣਦੇ ਤੇ ਨਾਲ ਨਾਲ ਸਾਡੀ ਜਿਹੜੀ ਹੈ ਮਦਦ ਵੀ ਕਰਦੇ ਨੇ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਆਉਣ ਵਾਸਤੇ। ਥੈਂਕ ਯੂ ਜੀ, ਤੁਸੀਂ ਬੁਲਾ ਲੈਂਦੇ ਹੋ ਔਰ ਖਿਦਮਤ ਦਾ ਮੌਕਾ ਦਿੰਦੇ ਹੋ। ਵਾਹ ਜੀ, ਤੁਹਾਡੇ ਦਰਸ਼ਨ ਕਰਨ ਨੂੰ ਦਿਲ ਕਰਦਾ, ਇਸ ਕਰਕੇ ਤੁਹਾਨੂੰ ਹਰ ਵਾਰੀ ਬੁਲਾਈਦਾ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ, ਕਿਉਂਕਿ ਮੇਰੇ ਵਰਗੇ ਭਲੱਕੜ ਲੋਕ ਵੀ ਹੁੰਦੇ ਨੇ, ਕਿ ਮੈਮਰੀ ਲੋਸ ਇੱਕ ਸ਼ਬਦ ਹੈ ਜਿਹੜਾ ਹਰ ਇੱਕ ਨੂੰ ਜਿਹੜੀ ਚਿੰਤਾ ਸਤਾਉਂਦਾ ਹੈ ਕਿ ਮੈਨੂੰ ਨੰਬਰ ਭੁੱਲ ਜਾਂਦੇ ਨੇ, ਕਈਆਂ ਨੂੰ ਤਾਂ ਆਪਣੇ ਘਰ ਦਾ ਐਡਰੈਸ ਵੀ ਭੁੱਲ ਜਾਂਦਾ ਹੈ ਜੀ। ਸਹੀ ਗੱਲ ਹੈ। ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ, ਕੀ ਕਿਹੜੇ ਕਾਰਨ ਇਹ ਚੀਜ਼ਾਂ ਹੁੰਦੀਆਂ ਨੇ? ਦੇਖੋ, ਮੈਮਰੀ ਦਾ ਜਿਹੜਾ ਹੁੰਦਾ ਉਹ ਤਾਲੁਕ ਦਿਮਾਗ ਨਾਲ ਹੈ ਜੀ। ਤੇ ਕੋਈ ਵੀ ਜਿਹੜਾ ਬਾਡੀ ਦਾ ਅੰਗ ਹੈ, ਅਗਰ ਉਹਨੂੰ ਬਲੱਡ ਸਪਲਾਈ ਨਾ ਮਿਲੇ ਸਹੀ, ਓਕੇ, ਤੇ ਉਹ ਕੰਮ ਨਹੀਂ ਕਰਦਾ ਸਹੀ ਜੀ। ਤੇ ਇਸੇ ਵਾਸਤੇ ਅਸੀਂ ਕਹਿੰਦੇ ਨਾ ਐਕਸਰਸਾਈਜ਼ ਕਰੋ, ਤੇ ਐਕਸਰਸਾਈਜ਼ ਨਾਲ ਕੀ ਹੁੰਦਾ? ਬਲੱਡ ਫਲੋ ਹੁੰਦਾ। ਜੇਕਰ ਰਾਤ ਦੀ ਐਕਸਰਸਾਈਜ਼ ਕਰਦੇ ਹੋ, ਹਿਲਾਉਂਦੇ ਹੋ, ਤੇ ਬਲੱਡ ਫਲੋ ਹੁੰਦਾ, ਤੇ ਤੁਹਾਡੇ ਸਾਰੇ ਪੱਠਿਆਂ ਨੂੰ, ਮਸਲਸ ਨੂੰ ਬਲੱਡ ਮਿਲਦਾ, ਤੇ ਉਹ ਸਹੀ ਕੰਮ ਕਰਦੇ ਆ। ਇਸੇ ਤਰ੍ਹਾਂ ਸਾਰੇ ਅੰਗ ਸਾਡੇ ਐਸੇ ਨੇ ਕਿ ਉਹਨਾਂ ਨੂੰ ਬਲੱਡ ਸਪਲਾਈ ਜ਼ਰੂਰੀ ਹੈ। ਤੇ ਉਹਦੇ ਵਾਸਤੇ ਕੁਝ ਤੇ ਚੀਜ਼ਾਂ ਐਸੀਆਂ ਨੇ ਕਿ ਜਿਹੜੀਆਂ ਕਿ ਤੁਸੀਂ ਦਵਾਈ ਤੋਂ ਇਲਾਵਾ ਜਿਹੜੇ ਆਪਣੇ ਲਾਈਫ ਸਟਾਈਲ ਨੂੰ ਮਤਲਬ ਚੇਂਜ ਕਰਕੇ ਵੀ ਹਾਸਿਲ ਕਰ ਸਕਦੇ ਹੋ। ਉਹਦੇ 'ਚ ਇੱਕ ਬਹੁਤ ਅਹਿਮ ਗੱਲ ਹੈ ਜਿਹੜੀ ਕਿ ਇੱਥੇ ਸਾਡੇ ਵੈਸਟਰਨ ਕੰਟਰੀ 'ਚ ਵੀ, ਬਲਕਿ ਹੁਣ ਤਾਂ ਸਾਡੇ ਮੁਲਕਾਂ 'ਚ ਵੀ ਉੱਥੇ ਇੰਨਾ ਮਤਲਬ ਮੀਡੀਆ ਔਰ ਟੀ ਵੀ ਔਰ ਇੰਟਰਨੈਟ ਔਰ ਸਾਰਾ ਕੁਝ ਹੋ ਗਿਆ ਕਿ ਰਾਤ ਨੂੰ ਲੇਟ ਤੱਕ, ਲੇਟ ਨਾਈਟ ਤੱਕ ਇਹਨਾਂ ਚੀਜ਼ਾਂ 'ਚ ਬੰਦੇ ਬਿਜ਼ੀ ਰਹਿੰਦੇ ਨੇ ਜੀ, ਅਤੇ ਨੀਂਦ ਪੂਰੀ ਨਹੀਂ ਕਰਦੇ। ਓਕੇ। ਅਤੇ ਨੀਂਦ ਜਿਹੜੀ ਹੈ ਬਹੁਤ ਜ਼ਰੂਰੀ ਹੈ। ਅੱਛਾ ਜੀ। ਪੂਰੀ ਬਾਡੀ ਨੂੰ ਚਾਰਜ ਹੋਣ ਵਾਸਤੇ ਨਾ, ਅਗਰ ਤੁਸੀਂ 7-8 ਘੰਟੇ ਨੀਂਦ ਪੂਰੀ ਕਰੋਗੇ, ਅਤੇ ਨੀਂਦ ਦੇ ਦੌਰਾਨ ਬਹੁਤ ਸਾਰੀ ਕੈਮੀਕਲ ਹਾਰਮੋਨਸ ਰਿਲੀਜ਼ ਹੁੰਦੇ ਹੈ, ਜਿਹੜੇ ਕਿ ਸਹੀ ਤਰ੍ਹਾਂ ਨੀਂਦ ਕਰਕੇ ਕਰੋ ਤਾਂ ਹੀ ਹੁੰਦੇ ਹੈ। ਔਰ ਸੁਬਹਾ ਤੁਸੀਂ ਜਦੋਂ ਉੱਠਦੇ ਹੋ, ਜਿਹੜੇ ਲੋਕ ਸਹੀ ਤਰ੍ਹਾਂ ਨੀਂਦ ਕਰਦੇ ਹੈ, ਉਹਨਾਂ ਦੀ ਪੂਰੀ ਨੀਂਦ ਹੋ ਜਾਂਦੀ ਹੈ, ਅਤੇ ਸੁਬਹਾ ਉਹ ਦੇਖਦੇ ਹੋ ਕਿੰਨੇ ਫਰੈਸ਼ ਹੁੰਦੇ ਨੇ, ਉਹਨਾਂ ਦੀ ਐਨਰਜੀ ਲੈਵਲ ਬਹੁਤ ਅੱਛਾ ਹੁੰਦਾ। ਅਤੇ ਇੱਕ ਇਹ ਨੈਚੁਰਲ ਚੀਜ਼ ਹੈ ਕਿ ਬਾਡੀ ਨੂੰ ਰੈਸਟ ਮਿਲਦਾ। ਕਿਉਂਕਿ ਇੱਕ ਇਕੱਲੀ ਜਿਹੜੀ ਆ ਭੁੱਲਣਾ, ਇੱਕ ਬਿਮਾਰੀ ਦੇ ਨਾਲ ਨਾਲ ਚਿੜਚਿੜਾ ਵੀ ਹੋ ਜਾਣਾ ਬੰਦਾ, ਕਿਉਂਕਿ ਜਦੋਂ ਯਾਦ ਨਹੀਂ ਰਹਿਣਾ ਉਹਨੇ ਘਬਰਾਈ ਵੀ ਜਾਣਾ ਕਿ ਸ਼ਾਇਦ ਮੇਰੇ ਕੋਲ ਕੋਈ ਗਲਤੀ ਨਾ ਹੋ ਜਾਏ, ਬੜੀ ਪੂਰੀ ਲਾਈਫ ਤੇ ਜਿਹੜਾ ਅਸਰ ਪੈਂਦਾ ਹੈ। ਲੇਕਿਨ ਤੁਹਾਡੇ ਖੇਤਰ ਦੇ ਵਿੱਚ, ਤੁਹਾਡੀ ਮੈਡੀਸਿਨ ਦੇ ਵਿੱਚ ਕੀ ਹੈਗਾ ਇਹਦੇ ਨਾਲ ਜਿਹਨੂੰ ਆਪਾਂ ਬਚਾ ਕਰ ਸਕਦੇ? ਉਹਦੇ ਸਪਲੀਮੈਂਟ ਹੁੰਦੇ ਆ ਜਿਹੜੇ ਕਿ ਉਹੀ ਜੜੀ ਬੂਟੀਆਂ ਹੁੰਦੀਆਂ ਨੇ ਜਿਹੜੀਆਂ ਕਿ ਸਰਕੂਲੇਸ਼ਨ ਨੂੰ ਇੰਪਰੂਵ ਕਰਦੀਆਂ ਨੇ, ਬਲੱਡ ਸਪਲਾਈ। ਅੱਛਾ ਜੀ। ਅਗਰ ਬ੍ਰੇਨ ਨੂੰ ਪੂਰੀ ਤਰ੍ਹਾਂ ਬਲੱਡ ਮਿਲੇਗਾ ਤੇ ਉਹ ਸਹੀ ਤਰ੍ਹਾਂ ਕੰਮ ਕਰੇਗਾ, ਸਿੰਪਲ ਇਜ਼ ਦੈਟ। ਓਕੇ ਜੀ। ਉਸ ਤੋਂ ਇਲਾਵਾ ਨਰਵ ਟੋਨਿਕ ਹੁੰਦੇ ਆ, ਜਿਸ ਤਰ੍ਹਾਂ ਉਹ ਵਿਟਾਮਿਨ ਮਿਨਰਲਸ ਹੁੰਦੇ ਆ ਜਿਹੜੇ ਕਿ ਦਿਮਾਗ ਵਾਸਤੇ ਚੰਗੇ ਹੁੰਦੇ ਆ। ਜਿਸ ਤਰ੍ਹਾਂ ਤੁਸੀਂ ਸੁਣਿਆ ਹੋਏਗਾ ਕਿ ਬਈ ਤੁਸੀਂ ਬਦਾਮ ਖਾਓ, ਅਗਰ ਮੈਮਰੀ ਵਾਸਤੇ, ਮਤਲਬ ਦਿਮਾਗ ਵਾਸਤੇ ਜਿਹੜੇ ਬਦਾਮ ਬਹੁਤ ਅੱਛੇ ਹੁੰਦੇ ਜੀ, ਕਿਉਂਕਿ ਉਹਦੇ 'ਚ ਫਾਸਫੋਰਸ ਹੁੰਦਾ ਜਿਹੜਾ ਕਿ ਦਿਮਾਗ ਦੀ ਨਰਵਸ ਵਾਸਤੇ ਬਹੁਤ ਜ਼ਰੂਰੀ ਹੁੰਦਾ ਜੀ। ਇਸੇ ਤਰ੍ਹਾਂ ਫਿਰ ਜਿਹੜੇ ਨਰਵ ਟੋਨਿਕ ਹੁੰਦੇ ਨੇ, ਉਹਨਾਂ 'ਚ ਵੀ ਇਸੇ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਜਿਸ ਤਰ੍ਹਾਂ ਤੁਸੀਂ ਬਾਇਓਟੋਨਿਕ ਮੈਂ ਅੱਜ ਲੈ ਕੇ ਆਇਆ, ਔਰ ਮੈਂ ਹਰ ਇੱਕ ਬੰਦੇ ਨੂੰ ਰੈਕਮੈਂਡ ਕਰਨਾ, ਚਿਊਬਲ ਟੈਬਲੇਟ ਹੁੰਦੀ ਹੈ ਜਿਹੜੀ ਕਿ ਨਰਵਸ ਸਿਸਟਮ ਵਾਸਤੇ, ਦਿਮਾਗ ਨੂੰ ਤਾਕਤ ਦੇਣ ਵਾਸਤੇ ਜੀ, ਇੱਕ ਗੋਲੀ ਸੁਬਹਾ ਸ਼ਾਮ ਚਿਊ ਕਰ ਲਓ। ਔਰ ਇਹ ਕੋਈ ਡਰੱਗ ਨਹੀਂ ਹੈ, ਕਿਉਂਕਿ ਪ੍ਰਿਸਕ੍ਰਿਪਸ਼ਨ ਮੈਡੀਸਨ ਨਹੀਂ ਹੈ, ਸਪਲੀਮੈਂਟ ਹੈ। ਇਸੇ ਤਰ੍ਹਾਂ ਹੀ ਤੁਸੀਂ ਬਦਾਮ ਖਾਂਦੇ ਹੋ, ਜਸਟ ਲਾਈਕ ਦੈਟ, ਸਿੰਪਲ, ਇੱਕ ਗੋਲੀ ਸੁਬਹਾ ਸ਼ਾਮ ਚਿਊ ਕਰ ਲਓ। ਉਹਦੇ ਨਾਲ ਤੁਹਾਡੇ ਦਿਮਾਗ ਦੇ ਜਿਹੜੇ ਸੈਲਸ ਨੇ, ਉਹਨਾਂ ਨੂੰ ਐਨਰਜੀ, ਮਤਲਬ ਜਿਹੜੇ ਮਿਨਰਲਸ ਚਾਹੀਦੇ ਹੁੰਦੇ ਨੇ ਨਰਵਸ ਸਿਸਟਮ ਵਾਸਤੇ, ਉਹ ਪੂਰੀ ਹੋ ਜਾਂਦੀ ਹੈ। ਅੱਛਾ ਜੀ। ਅੱਛਾ। ਔਰ ਦੂਸਰੀ ਗੱਲ ਹੈ ਕਿ ਨੀਂਦ ਬਹੁਤ ਜ਼ਰੂਰੀ ਹੈ। ਤੀਸਰੀ ਗੱਲ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਜੇ ਬਿਜ਼ੀ ਰੱਖਦੇ ਹੋ, ਹੁਣ ਇੱਕ ਨੋਰਮਲ ਬੰਦਾ, ਹੁਣ ਤੁਸੀਂ ਦਿਨ 'ਚ 12 ਘੰਟੇ ਨੇ ਜੀ, ਔਰ ਅਗਰ ਤੁਸੀਂ ਇੰਨੇ ਪਲਾਨ ਬਣਾਏ ਹੋਏ ਨੇ ਕੰਮ ਕਰਨੇ ਦੇ, ਅਤੇ ਜਿਹਦੇ 'ਚੋਂ ਕਿ ਉਹ ਮੁਮਕਿਨ ਨਹੀਂ 12 ਘੰਟੇ 'ਚ ਪੂਰੇ ਹੋਣ, ਅਤੇ ਉਹ ਫਿਰ ਉਹ ਜਿਹੜਾ ਭੁੱਲਣਾ ਉਹ ਇੱਕ ਨੋਰਮਲ ਚੀਜ਼ ਹੈ। ਓਕੇ ਜੀ। ਕਿਉਂਕਿ ਤੁਸੀਂ ਇੰਨੀਆਂ ਚੀਜ਼ਾਂ ਕਰ ਲਈਆਂ ਨੇ ਜੀ, ਉਹ ਭੁੱਲੇ ਨਹੀਂ, ਬਲਕਿ ਤੁਹਾਡੇ ਕੋਲ ਟਾਈਮ ਨਹੀਂ ਸੀ ਉਹ ਕੰਮ ਕਰਨ ਦਾ। ਅਤੇ ਇਸ ਵਾਸਤੇ ਲਾਈਫ ਨੂੰ, ਆਪਣੀ ਬਾਡੀ ਨੂੰ ਮਸ਼ੀਨ ਨਾ ਸਮਝੋ, ਕੰਪਿਊਟਰ ਕਿ ਬਸ ਬਟਨ ਦਬਾਈ ਜਾਓ ਤੇ ਕਰੀ ਜਾਓ। ਇੱਕ ਸੱਚਾਈ ਵੀ ਹੈ ਕਿ ਇੱਥੇ ਜਿਹੜਾ ਵੀ ਬੰਦਾ ਆਉਂਦਾ ਉਹ ਵੱਧ ਤੋਂ ਵੱਧ ਪੈਸੇ ਕਮਾਉਣ ਦੀ ਕੋਸ਼ਿਸ਼ ਕਰਦਾ ਹੈ, ਸੱਚਾਈ ਵੀ ਹੈ ਜੀ, ਬਿਲਕੁਲ। ਪਰ ਆਪਾਂ ਬੱਚਿਆਂ ਦੀ ਜੇ ਅਗਰ ਗੱਲ ਕਰ ਲਈਏ, ਕਿਉਂਕਿ ਬੱਚੇ ਨੀਂਦ ਵੀ ਪੂਰੀ ਕਰਦੇ ਨੇ, ਕਿਤਾਬੀ ਕੀੜੇ ਵੀ ਬਣ ਜਾਂਦੇ ਨੇ, ਲੇਕਿਨ ਫਿਰ ਵੀ ਉਹਨਾਂ ਦੀ ਮੈਮਰੀ 'ਚ ਕੁਛ ਨਹੀਂ ਪੈਂਦਾ, ਚਿੜਚਿੜੇ ਪੂਰੇ ਹੋ ਜਾਂਦੇ ਨੇ, ਕਿਉਂਕਿ ਟੀਚਰ ਕੋ ਵੀ ਝਿੜਕਾਂ ਖਾਣੀਆਂ, ਘਰਦਿਆਂ ਕੋ ਵੀ ਖਾਣੀਆਂ। ਪਰ ਇਹਦੇ ਪਿੱਛੇ ਵੀ ਕੀ ਕਾਰਨ ਹੈ? ਉਹ ਮੈਮਰੀ ਜਿਹੜਾ ਹੈ ਨਾ ਬੱਚਿਆਂ ਦੀ, ਕਿ ਹੈਰੀਡਿਟਰੀ ਫੈਕਟਰ ਵੀ ਹੁੰਦਾ। ਹੁਣ ਕਈ ਬੱਚਾ ਹੁੰਦਾ ਉਹ ਇੱਕ ਵਾਰੀ ਰੀਡ ਕਰ ਲੇਗਾ ਉਹਨੂੰ ਯਾਦ ਹੋ ਜਾਏਗਾ, ਕਈ ਬੱਚੇ ਨੇ ਉਹ ਬਾਰ ਬਾਰ ਰੀਡ ਕਰਦੇ ਨੇ ਉਹਨਾਂ ਨੂੰ ਯਾਦ ਹੀ ਨਹੀਂ ਰਹਿੰਦਾ। ਅਤੇ ਇੱਕ ਉਹ ਨੈਚੁਰਲ ਵੀ ਤੁਹਾਡਾ IQ ਔਰ ਤੁਹਾਡੀ ਮੈਮਰੀ ਜਿਹੜੀ ਹੈ ਉਹ ਡਿਪੈਂਡ ਕਰਦਾ ਬੰਦੇ 'ਤੇ,
ਤੇ ਉਹ ਵੀ ਅਗਰ ਹੁਣ ਕਈ ਕਈ ਦਫਾ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਜੀ ਡਾਕਟਰ ਸਾਹਿਬ ਬੱਚਾ ਜਿਹੜਾ ਪੜ੍ਹਾਈ 'ਚ ਸਹੀ ਨਹੀਂ ਹੈ ਖੇਡਾਂ 'ਚ ਸਹੀ ਮਤਲਬ ਖੇਡਣੇ ਜ਼ਿਆਦਾ ਦਿਲ ਲੱਗਦਾ ਜੀ ਜੀ ਲੇਕਿਨ ਪੜ੍ਹਾਈ ਕਰਨੇ 'ਚ ਨਹੀਂ ਲੱਗਦਾ ਜੀ ਅਤੇ ਬੱਚਿਆਂ ਨੂੰ ਵੀ ਜਿਹੜਾ ਤੁਸੀਂ ਹੁਣ ਕਈ ਪੇਰੈਂਟਸ ਹੁੰਦੇ ਆ ਹੁਣ ਬੱਚਿਆਂ ਨੂੰ ਮੈਥ ਚੰਗਾ ਲੱਗਦਾ ਜਾਂ ਆਰਟ ਵਿੱਚੋਂ ਜ਼ਿਆਦਾ ਮਤਲਬ ਉਹਨਾਂ ਦਾ ਧਿਆਨ ਹੈ ਧਿਆਨ ਹੈ ਜੀ ਲੇਕਿਨ ਮਾਂ ਬਾਪ ਕਹਿੰਦੇ ਜੀ ਡਾਕਟਰ ਬਣੇ ਜਾਂ ਇੰਜੀਨੀਅਰ ਬਣੇ ਅਤੇ ਅਗਰ ਉਹ ਡਾਕਟਰ ਇੰਜੀਨੀਅਰ ਅਗਰ ਉਹਦਾ ਦਿਲ ਨਹੀਂ ਹੈ ਅਤੇ ਉਸ ਤਰਫ ਉਹਦਾ ਮਤਲਬ ਦਿਮਾਗ ਨਹੀਂ ਹੈ ਅਤੇ ਉਹਨੂੰ ਜ਼ਬਰਦਸਤੀ ਨਹੀਂ ਕਰਨਾ ਚਾਹੀਦਾ ਓਕੇ ਜੀ ਜਿਸ ਤਰਫ ਬੱਚੇ ਨੂੰ ਦੇਖੋ ਕਿ ਉਹਦਾ ਰੁਝਾਨ ਕਿਸ ਤਰਫ ਹੈ ਅਤੇ ਅਗਰ ਉਸ ਪਾਸੇ ਉਹਨੂੰ ਲਾਇਆ ਜਾਏ ਤਾਂ ਉਹ ਜ਼ਿਆਦਾ ਸਕਸੈਸ ਹੋਏਗਾ ਰਾਦਰ ਦੈਨ ਕਿ ਉਹਨੂੰ ਤੁਸੀਂ ਕਿਸੇ ਹੋਰ ਪਾਸੇ ਲਾ ਕੇ ਜਿਹੜਾ ਕਿ ਉਹਦਾ ਦਿਲ ਨਹੀਂ ਕਰਦਾ ਉਹ ਮੁਸ਼ਕਿਲ ਨਾਲ ਕਰ ਹੀ ਲਏਗਾ ਜਾਂ ਫਿਰ ਉਹ ਉਨਾ ਕਾਮਯਾਬ ਨਹੀਂ ਹੋਏਗਾ ਉਸ ਫੀਲਡ ਵਿੱਚ ਸਮਝ ਗਿਆ ਨਾ ਮਤਲਬ ਕਿ ਉਹਦੀ ਟਿਊਨਿੰਗ ਦੇਖਣੀ ਚਾਹੀਦੀ ਕਿ ਪਹਿਲਾਂ ਉਹ ਕਿਹੜੇ ਪਾਸੇ ਨੂੰ ਜਾ ਰਿਹਾ ਫਿਰ ਉਸ ਦੇ ਨਾਲ ਥੋੜੀ ਜਿਹੀ ਐਡਜਸਟਮੈਂਟ ਕਰੋ ਜੀ ਬਿਲਕੁਲ ਹੁਣ ਕਈ ਲੋਕ ਨੇ ਅਕਾਊਂਟੈਂਟ 'ਚ ਮਤਲਬ ਅਕਾਊਂਟਿੰਗ ਅੱਛੇ ਉਹਨਾਂ ਦਾ ਹੁੰਦਾ ਜੀ ਹੁਣ ਕਈ ਲੋਕ ਨੇ ਸਾਇੰਸ ਵਿੱਚ ਜ਼ਿਆਦਾ ਉਹਨਾਂ ਦਾ ਮਤਲਬ ਹੁੰਦਾ ਰੁਝਾਨ ਅਤੇ ਉਸ ਤਰਫ ਹੀ ਬੱਚੇ ਨੂੰ ਕਰਨਾ ਚਾਹੀਦਾ ਔਰ ਅਗਰ ਬੱਚੇ ਖੇਲ 'ਚ ਨੇ ਅਗਰ ਅੱਜ ਕੱਲ੍ਹ ਤਾਂ ਖੇਡਾਂ 'ਚ ਵੀ ਤਾਂ ਕਾਫੀ ਮਤਲਬ ਫੀਲਡ ਅੱਛੀ ਹੈ ਜੀ ਜੀ ਤੇ ਉਹਨਾਂ ਨੂੰ ਉਸ ਤਰਫ ਲਾਇਆ ਜਾਏ ਰਾਦਰ ਦੈਨ ਕਿ ਉਹਨਾਂ ਨੂੰ ਪੁਸ਼ ਕੀਤਾ ਜਾਏ ਕਿ ਤੂੰ ਇੰਗਲਿਸ਼ ਪੜ੍ਹੋ ਜਾਂ ਮੈਥ ਪੜ੍ਹੋ ਤੇ ਉਹ ਬੈਸਟ ਰਹਿੰਦਾ ਡਾਕਟਰ ਸਾਹਿਬ ਲੇਕਿਨ ਇਹਦੇ 'ਚ ਇੱਕ ਚੀਜ਼ ਹੈ ਕਿ ਬਚਪਨ ਤੋਂ ਇੱਕ ਖਾਣ ਪੀਣ ਦੀ ਆਦਤ ਹੁੰਦੀ ਹੈ ਜਿਹੜੀ ਕਈ ਵਾਰ ਹੁੰਦਾ ਕਿ ਤੁਸੀਂ ਵਾਰ ਵਾਰ ਜ਼ੋਰ ਦਿੰਦੇ ਕਿ ਸੋਡਾ ਨਾ ਪੀਓ ਜਾਂ ਦੂਸਰੀਆਂ ਹੋਰ ਚੀਜ਼ਾਂ ਜਿਹੜੀਆਂ ਨੇ ਜਿਹਨਾਂ 'ਚ ਐਕਸਟਰਾ ਸ਼ੂਗਰ ਨਾ ਲਓ ਲੇਕਿਨ ਆਪਣੇ ਬੱਚਿਆਂ 'ਚ ਅਕਸਰ ਦੇਖਿਆ ਜਾਂਦਾ 90% ਬੱਚੇ ਜਿਹੜੇ ਨੇ ਇਹ ਤੋਂ ਪਰਹੇਜ਼ ਨਹੀਂ ਕਰਦੇ ਹਾਂਜੀ ਸ਼ੂਗਰ ਇੱਕ ਬਿਮਾਰੀ ਹੈ ਇਹਦੀ ਕੀ ਸਮਝ ਸਕਦੇ ਕਿ ਆਪਾਂ ਜੜ ਜਿਹੜੀ ਹੈ ਉਹ ਆਪਾਂ ਬਚਪਨ 'ਚ ਹੀ ਕ੍ਰੀਏਟ ਕਰਕੇ ਬੈਠੇ ਹੁੰਦੇ ਜੀ ਬਿਲਕੁਲ ਇੱਥੇ ਤਾਂ ਬਹੁਤ ਜ਼ਿਆਦਾ ਹੈ ਔਰ ਇੱਥੇ ਤਾਂ ਇਤਨਾ ਸ਼ੂਗਰ ਦਾ ਇਸਤੇਮਾਲ ਹੈ ਨਾ ਕਿ ਹਰ ਚੀਜ਼ 'ਚ ਹੀ ਸ਼ੂਗਰ ਹੈ ਜੀ ਸਾਲਟ ਔਰ ਸ਼ੂਗਰ ਬਹੁਤ ਜ਼ਿਆਦਾ ਇਸਤੇਮਾਲ ਹੁੰਦਾ ਸੀਰੀਅਲ ਲੈ ਲਓ ਸੋਡੇ ਲੈ ਲਓ ਜੂਸ ਲੈ ਲਓ ਮਤਲਬ ਹਰ ਚੀਜ਼ ਟੂ ਮੱਚ ਸ਼ੂਗਰ ਹੈ ਔਰ ਐਕਟੀਵਿਟੀ ਹੁੰਦੀ ਨਹੀਂ ਬੋਡੀ ਦੀ ਐਕਸਰਸਾਈਜ਼ ਨਹੀਂ ਹੁੰਦੀ ਹੁਣ ਬੱਚੇ ਨੇ ਐਸੇ ਐਸੇ ਕਿ 5-5 ਸਾਲ ਦੇ ਬੱਚੇ ਨੇ ਔਰ ਉਹਨਾਂ ਦਾ ਵਜ਼ਨ ਜਿਹੜਾ 80-80 ਪਾਊਂਡ ਹੋ ਗਿਆ ਇੰਨੇ ਮਤਲਬ ਹੈਵੀ ਬੱਚੇ ਔਰ ਉਹਦੀ ਸਭ ਤੋਂ ਵੱਡੀ ਮੈਂ ਪੇਰੈਂਟਸ ਨੂੰ ਉਹਨਾਂ ਦੀ ਰਿਸਪੋਂਸੀਬਿਲਟੀ ਸਮਝਣਾ ਕਿ ਪੇਰੈਂਟਸ ਨੂੰ ਚਾਹੀਦਾ ਕਿ ਘਰ 'ਚ ਸੋਡੇ ਜੂਸ ਵਗੈਰਾ ਇਸ ਤਰ੍ਹਾਂ ਦੀਆਂ ਸ਼ੂਗਰੀ ਵਾਲੀਆਂ ਚੀਜ਼ਾਂ ਕੈਂਡੀਆਂ ਕੁਕੀਆਂ ਮਤਲਬ ਕਦੇ ਕਦੇ ਖਾ ਲੈਣਾ ਕੋਈ ਮੈਂ ਨਹੀਂ ਕਹਿੰਦਾ ਕਿ ਤੁਸੀਂ ਬਿਲਕੁਲ ਨਾ ਪੀਓ ਇਟਸ ਨਾਟ ਲਾਈਕ ਦੈਟ ਲੇਕਿਨ ਅਗਰ ਡੇਲੀ ਬੇਸਿਸ 'ਤੇ ਤੁਸੀਂ ਪੀਓਗੇ ਸੋਡੇ ਜੂਸ ਕੈਂਡੀਆਂ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਅਤੇ ਤੁਸੀਂ ਇਮੈਜਿਨ ਕਰੋ ਕਿ ਤੁਹਾਨੂੰ ਇੰਨੀ ਬਾਡੀ ਦੀ ਜ਼ਰੂਰਤ ਨਹੀਂ ਹੈ ਕੈਲਰੀਜ਼ ਦੀ ਤੁਸੀਂ ਖਾਈ ਜਾ ਰਹੇ ਹੋ ਸੋਫੇ 'ਤੇ ਬੈਠੇ ਹੋ ਟੀ ਵੀ ਦੇਖ ਰਹੇ ਹੋ ਬੱਚੇ ਵੀ ਇਸ ਤਰ੍ਹਾਂ ਹੀ ਕਰੀ ਜਾ ਰਹੇ ਨੇ ਅਤੇ ਸ਼ੂਗਰ ਹੋਣੇ ਦਾ ਬਹੁਤ ਜ਼ਿਆਦਾ ਚਾਂਸ ਹੁੰਦਾ ਔਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡੇ ਪੇਰੈਂਟਸ ਨੂੰ ਸ਼ੂਗਰ ਹੈ ਤਾਂ ਹੀ ਹੋਏਗੀ ਅਗਰ ਇਸ ਤਰ੍ਹਾਂ ਦੀਆਂ ਚੀਜ਼ਾਂ ਖਾ ਖਾ ਕੇ ਤਾਂ ਹਰ ਇੱਕ ਨੂੰ ਸ਼ੂਗਰ ਹੋ ਸਕਦੀ ਹੈ ਲੇਕਿਨ ਕਿਹਾ ਜਾਂਦਾ ਕਿ ਹੋਮਿਓਪੈਥਿਕ ਅਤੇ ਹਰਬਲ ਦੇ ਵਿੱਚ ਸ਼ੂਗਰ ਦਾ ਬਹੁਤ ਵਧੀਆ ਇਲਾਜ ਹੈ ਜੀ ਬਿਲਕੁਲ ਅਤੇ ਕੀ ਹੈ ਉਹਦੇ ਬਾਰੇ ਕੁਛ ਸਾਡੇ ਜਾਣ ਕਰਦੇ ਹੋ ਥੋੜ੍ਹੀ ਜਿਹੀ ਦਰਸ਼ਕਾਂ ਨੂੰ ਉਹਦੇ ਵਾਸਤੇ ਦੇਖੋ ਸ਼ੂਗਰ ਜਿਹੜੀ ਹੈ ਟਾਈਪ 1 ਔਰ ਟਾਈਪ 2 ਹੁੰਦੀ ਹੈ ਜਿਹੜੀ ਕਿ ਇਨਸੁਲਿਨ ਲੈਣੀ ਹੁੰਦੀ ਹੈ ਜਾਂ ਫਿਰ ਵੈਸੇ ਸ਼ੂਗਰ ਟਾਈਪ 2 ਜਿਹੜੀ ਹੁੰਦੀ ਹੈ ਉਹ ਇਨਸੁਲਿਨ ਤੁਹਾਡੀ ਥੋੜ੍ਹੀ ਬਹੁਤ ਬਣਦੀ ਹੈ ਲੇਕਿਨ ਪੂਰੀ ਤਰੀਕੇ ਨਾਲ ਨਹੀਂ ਬਣਦੀ ਜੀ ਅੱਛਾ ਤਾਂ ਉਹਦੇ ਵਾਸਤੇ ਹੋਮਿਓਪੈਥਿਕ 'ਚ ਸੁਪਰ ਡਾਇਬੈਟਿਕ ਫਾਰਮੂਲਾ ਸਾਡੇ ਬਹੁਤ ਪੇਸ਼ੈਂਟ ਨੇ ਜਿਹੜੇ ਇਸਤੇਮਾਲ ਕਰਦੇ ਆ ਓਕੇ ਜੀ ਔਰ ਇਹਦੇ 'ਚ ਉਹ ਚੀਜ਼ਾਂ ਨੇ ਜੜੀ ਬੂਟੀਆਂ ਜਿਹੜੀਆਂ ਕਿ ਕੌੜੀ ਜੜੀ ਬੂਟੀਆਂ ਨੇ ਇਹਦੇ 'ਚ ਵਿਟਾਮਿਨ ਨੇ ਇਹਦੇ 'ਚ ਹੋਰ ਹਰਬਸ ਨੇ ਜੀ ਕਿ ਜਿਹੜੇ ਡਾਇਬੈਟਿਕ ਲੋਕਾਂ ਵਾਸਤੇ ਮਤਲਬ ਪ੍ਰੋਬਲਮ ਕਰਦੇ ਆ ਜਿਸ ਤਰ੍ਹਾਂ ਕਿਡਨੀ ਉਹਨਾਂ ਦੇ ਮਤਲਬ ਇਫੈਕਟ ਹੁੰਦੇ ਆ ਲਿਵਰ ਇਫੈਕਟ ਹੁੰਦਾ ਹੈ ਜੀ ਉਹਨਾਂ ਦੀ ਸੈਕਸ਼ੂਅਲ ਲਾਈਫ ਜਿਹੜੀ ਹੈ ਉਹ ਡਿਸਟਰਬ ਹੁੰਦੀ ਹੈ ਬਿਕੋਜ਼ ਆਫ ਦਾ ਸਰਕੂਲੇਸ਼ਨ ਹੱਥਾਂ ਪੈਰਾਂ 'ਚ ਮਤਲਬ ਸੁਨਸਨਾਹਟ ਹੁੰਦੀ ਹੈ ਸਰਕੂਲੇਸ਼ਨ ਨਹੀਂ ਹੁੰਦੀ ਸਹੀ ਉਹ ਸ਼ੂਗਰ ਹਾਈ ਹੋਣੇ ਦੀ ਵਜ੍ਹਾ ਨਾਲ ਅਨਕੰਟਰੋਲਡ ਸ਼ੂਗਰ ਓਕੇ ਜੀ ਅਤੇ ਜਿਹੜੇ ਲੋਕ ਡਾਇਬੈਟਿਕ ਨੇ ਉਹਨਾਂ ਨੂੰ ਇਹ ਚਾਹੀਦਾ ਕਿ ਸੁਪਰ ਡਾਇਬੈਟਿਕ ਫਾਰਮੂਲਾ ਜਿਹੜਾ ਇਸਤੇਮਾਲ ਕਰਨਾ ਸ਼ੁਰੂ ਕਰਨ ਅਤੇ ਨਾਲ ਨਾਲ ਫਿਰ ਆਪਣੀ ਜਿਹੜੀ ਦਵਾਈ ਖਾ ਰਹੇ ਨੇ ਉਹਨੂੰ ਸਲੋਲੀ ਟੇਪਰ ਆਫ ਕਰਨ ਬਿਲਕੁਲ ਔਰ ਜਿਹਨਾਂ ਲੋਕਾਂ ਦੀ ਪ੍ਰੀ ਡਾਇਬੈਟਿਕ ਹੈ ਅਕਸਰ ਤੁਸੀਂ ਮਤਲਬ ਅੱਜ ਕੱਲ੍ਹ ਡਾਕਟਰ ਕੋਲ ਜਾਂਦੇ ਨੇ ਤੁਸੀਂ ਚੈੱਕ ਕਰਦੇ ਨੇ ਬਲੱਡ ਰਿਪੋਰਟ ਹੁੰਦੀ ਹੈ ਤਾਂ ਪਤਾ ਲੱਗਦਾ ਜੀ ਤੁਸੀਂ ਪ੍ਰੀ ਡਾਇਬੈਟਿਕ ਹੋ ਅਤੇ ਤੁਸੀਂ ਪਰਹੇਜ਼ ਕਰੋ ਖਾਣੇ ਪੀਣੇ ਦਾ ਜੇ ਦਵਾਈ ਨਹੀਂ ਤੁਹਾਨੂੰ ਦੇਣੀ ਉਸ ਉਹ ਆਈਡੀਅਲ ਟਾਈਮ ਹੈ ਹੋਮਿਓਪੈਥਿਕ ਅਤੇ ਹਰਬਲ ਦਵਾਈ ਖਾ ਕੇ ਤੁਸੀਂ ਬਿਲਕੁਲ ਸਹੀ ਹੋ ਸਕਦੇ ਹੋ ਔਰ ਸ਼ੂਗਰ ਹੋਣੇ ਵਾਪਸੀ ਕਰ ਸਕਦੇ ਹੋ ਜੀ ਬਿਲਕੁਲ ਵਾਪਸੀ ਕੀਤੀ ਜਾ ਸਕਦੀ ਕਿਉਂਕਿ ਜੇ ਸਟਾਰਟ ਹੈ ਨਾ ਕੰਮ ਓਕੇ ਜਦੋਂ ਸਟਾਰਟ ਹੁੰਦਾ ਉਸੇ ਵੇਲੇ ਅਗਰ ਰੋਕ ਲਿਆ ਜਾਏ ਤੇ ਉਹ ਬੈਟਰ ਹੈ ਕਿ ਜਦੋਂ ਤੱਕ ਹੋ ਜਾਏ ਫਿਰ ਉਹਦਾ ਇਲਾਜ ਕੀਤਾ ਜਾਏ ਮਤਲਬ ਕਹਿਣ ਤੋਂ ਭਾਵ ਕਿ ਐਲੋਪੈਥੀ ਦੇ ਵਿੱਚ ਵਾਪਸੀ ਨਹੀਂ ਕੀਤੀ ਜਾ ਸਕਦੀ ਉੱਥੇ ਬ੍ਰੇਕ ਲਾਈ ਜਾ ਸਕਦੀ ਹੈ ਲੇਕਿਨ ਤੁਹਾਡੀ ਮੈਡੀਸਿਨ ਦੇ ਨਾਲ ਵਾਪਸੀ ਵੀ ਕੀਤੀ ਜਾ ਸਕਦੀ ਜੀ ਬਿਲਕੁਲ ਜਿਹੜੇ ਪ੍ਰੀ ਡਾਇਬੈਟਿਕ ਲੋਕ ਨੇ ਜਿਨ੍ਹਾਂ ਨੂੰ ਸ਼ੂਗਰ ਅਜੇ ਸ਼ੁਰੂ ਹੋਈ ਹੈ ਜੀ ਅਗਰ ਉਹ 4-6 ਮਹੀਨੇ ਦਵਾਈ ਲਗਾਤਾਰ ਖਾ ਲੈਣ ਔਰ ਉਹਦੇ ਬਾਅਦ ਉਹ ਆਪਣਾ ਖਾਣੇ ਪੀਣੇ 'ਤੇ ਵੀ ਧਿਆਨ ਦੇਣ ਐਕਸਰਸਾਈਜ਼ ਕਰਨ
ਤੇ ਬਿਲਕੁਲ ਸ਼ੂਗਰ ਵੀ ਠੀਕ ਹੋ ਸਕਦੀ ਹੈ ਤੇ ਜਿਨ੍ਹਾਂ ਲੋਕਾਂ ਨੂੰ ਬਹੁਤ ਪੁਰਾਣੀ ਸ਼ੂਗਰ ਹੈ ਕਾਫੀ ਟਾਈਮ ਤੋਂ ਹੈ ਇਨਸੁਲਿਨ ਲੈ ਰਹੇ ਨੇ ਜਾਂ ਟੈਬਲੇਟ ਲੈ ਰਹੇ ਨੇ ਅਗਰ ਉਹ ਡਾਇਬੀਟਿਕ ਫਾਰਮੂਲਾ ਲੈਣਾ ਸ਼ੁਰੂ ਕਰਨ ਤੇ ਉਹਨਾਂ ਦੀ ਦੂਸਰੀ ਦਵਾਈ ਜਿਹੜੀ ਹੈ ਛੁੱਟ ਸਕਦੀ ਦਰਸ਼ਕੋ ਮੈਂ ਇੱਥੇ ਇੱਕ ਜ਼ਰੂਰ ਤੁਹਾਨੂੰ ਬੇਨਤੀ ਕਰਨਾ ਚਾਹਾਂਗਾ ਕਿ ਡਾਕਟਰ ਸਾਹਿਬ ਦਾ ਨੰਬਰ ਜਿਹੜਾ ਅਸੀਂ ਸਕਰੀਨ ਦੇ ਉੱਤੇ ਵਾਰ ਵਾਰ ਫਲੈਸ਼ ਕਰ ਰਹੇ ਹਾਂ ਉਹਦੇ ਵਾਸਤੇ ਤੁਹਾਨੂੰ ਇੱਕ ਅਰਜ਼ ਹੈ ਕਿ ਜਦੋਂ ਵੀ ਅਸੀਂ ਇਹ ਨੰਬਰ ਕਰਦੇ ਹਾਂ ਕਿਉਂਕਿ ਬਹੁਤ ਸਾਰੀਆਂ ਘੱਟ ਕੋਲਾਂ ਅਸੀਂ ਲੈ ਪਾਉਂਦੇ ਹਾਂ ਸਮੇਂ ਦੀ ਘਾਟ ਕਾਰਨ ਡਾਕਟਰ ਸਾਹਿਬ ਦੀ ਇੱਕ ਪੂਰੀ ਟੀਮ ਜਿਹੜੀ ਹੈ ਇਸ ਵੇਲੇ ਬਿਲਕੁਲ ਤੁਹਾਡੀਆਂ ਕੋਲਸ ਲੈਣ ਨੂੰ ਉਹ ਰੈਡੀ ਹੈ ਅਗਰ ਤੁਹਾਡਾ ਕੋਈ ਵੀ ਸਵਾਲ ਹੈ ਮੈਂ ਵਾਰ ਵਾਰ ਇਹ ਤੁਹਾਨੂੰ ਦਰਖਾਸਤ ਕਰਦਾ ਕਿ ਉਹ ਸਵਾਲ ਤੁਸੀਂ ਜਿਹੜਾ ਹੈ ਆਪਣਾ ਨੰਬਰ ਜਿਹੜਾ ਹੈ ਇਸ ਨੰਬਰ ਦੇ ਉੱਤੇ ਡਾਇਲ ਕਰਕੇ ਛੱਡ ਦਿਓ ਡਾਕਟਰ ਸਾਹਿਬ ਦੀ ਟੀਮ ਜਿਹੜਾ ਤੁਹਾਡੀ ਪੂਰੀ ਨੋਟ ਕਰਨਗੇ ਉਸ ਤੋਂ ਬਾਅਦ ਡਾਕਟਰ ਸਾਹਿਬ ਤੁਹਾਨੂੰ ਆਪ ਕਾਲ ਕਰਕੇ ਤੁਹਾਡੇ ਨਾਲ ਗੱਲਬਾਤ ਕਰਨਗੇ ਅਤੇ ਗੱਲਬਾਤ ਕਰਕੇ ਤੁਹਾਡੀ ਬਿਮਾਰੀ ਦਾ ਵੀ ਪੁੱਛ ਲੈਣਗੇ ਅਤੇ ਨਾਲ ਨਾਲ ਤੁਹਾਨੂੰ ਪੂਰੇ ਜਿਹੜੇ ਹਰ ਇੱਕ ਚੀਜ਼ ਦਾ ਜਿਹੜਾ ਹੱਲ ਵੀ ਉਹ ਤੁਹਾਨੂੰ ਫੋਨ ਦੇ ਉੱਤੇ ਆਪ ਕਾਲ ਕਰਕੇ ਦੱਸਣਗੇ ਕਿਉਂਕਿ ਇਹਦੇ ਨਾਲ ਸਮਾਂ ਵੀ ਬਚਦਾ ਅਤੇ ਤੁਹਾਡੇ ਨਾਲ ਬਾਅਦ 'ਚ ਜਿਹੜੀ ਹੈ ਦੁਬਾਰਾ ਉਹ ਗੱਲ ਵੀ ਕਰ ਸਕਦੇ ਨੇ ਤਾਂ ਤੁਹਾਡੀਆਂ ਕੁਝ ਕਾਲਸ ਵੀ ਜਿਹੜੀਆਂ ਨਾਲ ਨਾਲ ਅਸੀਂ ਲੈ ਲੈਂਦੇ ਹਾਂ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਕੀ ਸਵਾਲ ਹੈ ਜੀ ਤੁਹਾਡਾ ਹਾਂਜੀ ਮੇਰਾ ਸਵਾਲ ਹੈ ਮੈਂ ਡਾਕਟਰ ਨਾਲ ਗੱਲ ਕਰਨੀ ਸੀ ਜੀ ਡਾਕਟਰ ਜੀ ਸਾਨੂੰ ਸੁਣ ਰਹੇ ਨੇ ਜੀ ਦੱਸੋ ਕੀ ਸਵਾਲ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਸਵਾਲ ਇਹ ਆ ਮੈਂ ਨਾ ਡਾਕਟਰ ਨੂੰ ਪੁੱਛਣਾ ਵੀ ਮੈਨੂੰ ਮੈਂ ਹਾਰਟ ਮੇਰੇ ਸਟੈਂਡ ਪੇ ਉਹ ਆ ਜੀ ਮੈਂ ਉਹ ਈਸਵਗੋਲ ਇੱਕ ਤਾਂ ਈਸਵਗੋਲ ਦਾ ਛਿਲਕਾ ਹੁੰਦਾ ਇੱਕ ਈਸਵਗੋਲ ਹੁੰਦਾ ਹਨਾ ਜੀ ਜੀ ਹਾਂਜੀ ਛਿਲਕਾ ਹੁੰਦਾ ਓਹਨੂੰ ਇਸਬਗੋਲ ਦਾ ਛਿਲਕਾ ਕਹਿੰਦੇ ਨੇ ਤੁਸੀਂ ਪੂਰਾ ਇਸਬਗੋਲ ਵੀ ਖਾ ਸਕਦੇ ਹੋ ਕੋਈ ਐਸੀ ਗੱਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ